ਆ ਗਿਆ ਆਪਣਾ ਸਟੇਸ਼ਨ। ਠੀਕ ਹੈ ਤੇ ਭਾਈ ਨੌਜਵਾਨ ਆ, ਅਗਲੇ 'ਤੇ ਉਤਰਾਂਗੇ। ਪਹੁੰਚ ਗਿਆ ਜੈਪੁਰ ਅਤੇ ਖੁੱਲ੍ਹਾ ਡੁੱਲਾ ਮਾਹੌਲ ਸੀ, ਵਧੀਆ ਐਨ ਸੌਂ ਕੇ ਆਏ ਆ। ਅਤੇ ਬਾਈ ਸਾਡਾ ਰੇਲ ਇੰਚਾਰਜ ਰੇਲ ਮੰਤਰੀ ਭਾਈ ਸੰਦੀਪ ਸਿੰਘ ਵਧੀਆ ਇਹਨੇ ਸੋਚ ਸਮਝ ਕੇ ਸਾਨੂੰ ਲਿਆਂਦਾ। 170 ਰੁਪਈਆਂ 'ਚ ਇੱਕ ਬੰਦਾ ਜੈਪੁਰ ਪਹੁੰਚ ਗਿਆ, ਉਹ ਵੀ ਸੌਂ ਕੇ ਐਨ ਪੂਰੀ ਵਧੀਆ ਗੱਡੀ ਹੈ। ਅਤੇ ਸਮਾਂ ਹੋਇਆ 9:20 ਦਾ, ਮਿੱਥੇ ਹੋਏ ਸਮੇਂ 'ਤੇ ਬਸ ਇਹ ਪਹੁੰਚਣ ਲੱਗੀ ਆ ਟ੍ਰੇਨ। ਅਤੇ ਬਾਕੀ ਗੱਲਬਾਤ ਉਤਰ ਕੇ ਕਰਦੇ ਹਾਂ, ਠੀਕ ਰਿਹਾ ਬਾਈ? ਅਤੇ ਸਭ ਤੋਂ ਵੱਧ ਜਿਹੜੇ ਸੌਂ ਕੇ ਆਏ ਨੇ ਭਾਈ ਸਾਹਿਬ ਲਵਜਿੰਦਰ ਸਿੰਘ ਜੀ, ਅਤੇ ਦੂਜੇ ਨੰਬਰ 'ਤੇ ਦਾਸ ਸਾਹਿਬ, ਤੀਜੇ ਨੰਬਰ 'ਤੇ ਬਾਈ ਜੀ, ਅਤੇ ਚੌਥੇ ਨੰਬਰ 'ਤੇ ਉਹ ਬਾਈ ਕਹਿੰਦਾ ਮੈਂ ਤਾਂ ਬਸ ਅੱਖੀਂ ਮਿਚਣੇ ਆਉਂਦੀਆਂ, ਸੌਂਦਾ ਸੁਣਨਾ ਤਾਂ ਮੈਂ ਘੱਟ ਹੀ ਹੈਗਾ। ਠੀਕ ਹੈ, ਹਾਂ ਜੈਪੁਰ ਸਟੇਸ਼ਨ 'ਤੇ ਜਦੋਂ ਆਪਾਂ ਇੱਥੋਂ ਐਗਜ਼ਿਟ ਕਰਦੇ ਹਾਂ ਬਾਹਰ ਨਿਕਲਦੇ ਹਾਂ, ਅਤੇ ਇੱਥੇ ਇੱਕ ਨਕਸ਼ੇ ਤੌਰ 'ਤੇ ਬਣਾਇਆ ਹੋਇਆ ਹੈਗਾ, ਅਤੇ ਇੱਥੇ ਮੋਟਾ ਮੋਟਾ ਸਾਰਾ ਸ਼ਹਿਰ ਬਾਰੇ ਇੱਥੋਂ ਸਮਝਾਇਆ ਹੋਇਆ ਕਿ ਕਿੱਧਰ ਕੀ ਗੱਲਬਾਤ ਹੈਗੀ, ਅਤੇ ਨਕਸ਼ੇ ਨੂੰ ਦੇਖ ਕੇ ਮੋਟਾ ਮੋਟਾ ਇੱਕ ਅੰਦਾਜ਼ਾ ਜਿਹਾ ਹੋ ਜਾਂਦਾ ਬੰਦੇ ਨੂੰ ਅਤੇ ਕਿੱਧਰ ਜਾਣਾ, ਕਿੱਧਰ ਖੜ੍ਹਨਾ, ਕਿੱਧਰ ਬਹਿਣਾ। ਜਿਵੇਂ ਇੱਥੇ ਜੈਪੁਰ ਮੈਟਰੋ ਸਟੇਸ਼ਨ, ਅਤੇ ਅੱਗੇ ਮਤਲਬ ਇਹ ਨਕਸ਼ਾ ਦੇਖ ਕੇ ਇੱਥੋਂ ਇੱਕ ਆਈਡੀਆ ਹੋ ਜਾਂਦਾ ਬੰਦੇ ਨੂੰ ਮੋਟਾ ਜਿਹਾ ਕਿ ਆਪਾਂ ਇੱਥੋਂ ਹੁਣ ਜਾਣਾ ਕਿੱਧਰ ਨੂੰ। ਜੇ ਮੈਟਰੋ ਫੜਨੀ ਆ ਤਾਂ ਇੱਥੋਂ ਬਸ ਸਿੰਪਲ ਜਿਹੀ ਗੱਲਬਾਤ ਆ, ਇੱਥੋਂ ਆਪਾਂ ਲੈਫਟ ਸਾਈਡ 'ਤੇ ਜਾਵਾਂਗੇ ਇੱਥੋਂ ਐਗਜ਼ਿਟ ਕਰਨ ਵੇਲੇ। ਚਲੀਏ, ਚਲੋ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਸਵਾਗਤ ਆ ਸਾਰੇ ਵੀਰਾਂ ਭੈਣਾਂ ਦਾ ਨਵੇਂ ਬਲੌਗ ਦੇ ਵਿੱਚ। ਪਹੁੰਚ ਗਏ ਆ ਜੈਪੁਰ, ਇਸ ਵਕਤ ਖੜ੍ਹੇ ਹਾਂ ਜੈਪੁਰ ਸਟੇਸ਼ਨ 'ਤੇ, ਅਤੇ ਜੈਪੁਰ ਦੇ ਰੰਗ ਢੰਗ ਤੁਹਾਨੂੰ ਦਿਖਾਵਾਂਗੇ। ਅਤੇ ਅੱਜ 25 ਫੱਗਣ 8 ਮਾਰਚ ਸਾਲ 2024, ਅਤੇ ਦਿਨ ਹੈਗਾ ਸ਼ੁੱਕਰਵਾਰ ਦਾ, ਸ਼ੁੱਕਰਵਾਰ ਹੀ ਆ ਨਾ ਬਾਈ? ਸ਼ੁੱਕਰਵਾਰ। ਅਤੇ ਫਿਲਹਾਲ ਕਮਰਾ ਦੇਖਦੇ ਹਾਂ ਆਸ ਪਾਸ ਕਿਤੇ ਇੱਥੇ, ਅਤੇ ਅਗਲਾ ਰੰਗ ਢੰਗ ਤੁਹਾਨੂੰ ਜੈਪੁਰ ਦਾ ਸਾਰਾ ਦਿਖਾਉਂਦੇ ਹਾਂ, ਰਾਜਸਥਾਨ ਵਾਲਾ ਪੂਰਾ ਮਾਹੌਲ। ਅਤੇ ਬਣੇ ਰਹੋ ਐਂਡ ਤੱਕ ਸਾਡੇ ਨਾਲ ਨਾਲ, ਧੰਨਵਾਦ। ਵੀਡੀਓ 'ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ, ਨਵੇਂ ਆਇਓ ਸਬਸਕ੍ਰਾਈਬ ਕਰ ਲਿਓ, ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ। ਅਤੇ ਬਾਕੀ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਸ਼ਹਿਰ ਹੈ, ਦੇਖਣ ਆਓ ਤੁਸੀਂ ਵੀ ਬਾਈ। ਹਾਂ ਦੇਖਣ ਵਾਲਾ ਹੈ, ਚਰਚੇ ਬਹੁਤ ਸੋਹਣੇ ਸੀ ਰਾਜਸਥਾਨ ਦੇ, ਪਰ ਰਾਜਸਥਾਨ ਅੱਜ ਅਸੀਂ ਪਹਿਲੀ ਵਾਰੀ ਪਹੁੰਚੇ ਹਾਂ। ਅਤੇ 200 ਤੋਂ 66 ਕਿਲੋਮੀਟਰ ਦੇ ਏਰੀਏ 'ਚ ਬਾਈ ਜੈਪੁਰ ਫੈਲਿਆ ਹੋਇਆ ਹੈਗਾ, ਅਤੇ ਜਿੱਥੋਂ ਇਹਦੀ ਆਬਾਦੀ ਸੁਣਨ 'ਚ ਆਈ ਹੈ ਕਿ 3 ਮਿਲੀਅਨ ਪਲੱਸ ਹੈਗੀ, ਅਤੇ ਬਹੁਤ ਲੰਮਾ ਚੌੜਾ ਕੰਮਕਾਰ ਗੱਲਬਾਤ ਹੈਗੀ। ਅਤੇ ਫਿਲਹਾਲ ਰੂਮ ਵੱਲ ਹੁੰਦੇ ਆ ਮੁੰਡੇ, ਅਤੇ ਆਪਣਾ ਰੇਲ ਮੰਤਰੀ ਨੂੰ, ਇਹ ਸਾਰੇ ਮੰਤਰੀ ਆ, ਇਕੱਲਾ ਰੇਲ ਨਹੀਂ, ਇਹ ਹੋਟਲ ਮੈਨੇਜਮੈਂਟ ਸਾਰਾ ਕੁਛ ਇਹਦੀ ਜ਼ਿੰਮੇਵਾਰੀ ਸੰਭਾਲ ਰੱਖੀ ਅਸੀਂ ਇਹਨਾਂ। ਹਾਂ ਖਜ਼ਾਨਾ ਮੰਤਰੀ ਵੀ ਅਸੀਂ ਇਸੇ ਨੂੰ ਬਣਾਇਆ ਆਪਦੇ, ਵੀ 4-4 ਰੁਪਏ ਇਕੱਠੇ ਕਰਕੇ ਇਹਨੂੰ ਫੜਾ ਤੇ, ਵੀ ਭਾਈ ਤੂੰ ਆਪਦਾ ਬਟੂਆ ਆਪ ਖੋਲਿਆ ਕਰੀ, ਅਸੀਂ ਕੁਛ ਨਹੀਂ, ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਅਤੇ ਤੂੰ ਸੰਭਾਲਣਾ ਸਾਰਾ ਕੁਛ, ਠੀਕ ਆ ਮੰਤਰੀ ਜੀ? ਅਤੇ ਇੱਕ ਲਾਈਕ ਆ ਮੰਤਰੀ ਦੇ ਨਾਂ 'ਤੇ ਲਾਜ਼ਮੀ ਕਰ ਦਿਓ। ਅਤੇ ਬਾਈ ਸੰਦੀਪ, ਲਵਜਿੰਦਰ ਅਤੇ ਬਾਈ ਦੀਪ, ਅਤੇ 3 ਜ਼ਿਲ੍ਹਿਆਂ ਤੋਂ ਨੌਜਵਾਨ ਇਕੱਠੇ ਹੋਏ ਹੋਏ ਹੈਗੇ, ਮਾਨਸਾ ਜ਼ਿਲ੍ਹਾ, ਫਰੀਦਕੋਟ, ਅਤੇ ਬਾਈ ਸੂਰਤੀਆ
ਸਰਸਾ ਜ਼ਿਲ੍ਹਾ। ਅਤੇ ਫਿਲਹਾਲ ਕਮਰੇ ਵੱਲੋਂ ਨੇ ਨਹਾਉਣੇ ਧੋਣੇ ਅਤੇ ਅਗਲੀ ਗੱਲਬਾਤ ਫਿਰ ਤੁਹਾਨੂੰ ਸੁਣਾਉਣੇ ਆ। ਚੱਲੀਏ ਠੀਕ ਹੈ ਭਾਈ। ਗੁਰਦੁਆਰਾ ਸਿੰਘ ਸਭਾ ਰਾਜਾ ਪਾਰਕ ਜੈਪੁਰ ਇੱਥੇ ਠਹਿਰ ਕਰਨੀ ਹੈਗੀ ਅਤੇ ਇੱਕ ਵਾਰੀ ਬਾਬਾ ਜੀ ਦਰਸ਼ਨ ਕਰ ਲਈਏ ਨਾਲੇ ਗੱਲਬਾਤ ਕਰ ਲਈਏ। ਕੀ ਹੋ ਗਿਆ? ਵੀ ਪ੍ਰੈਕਟਿਸ ਕਰੀ ਆ, ਵਾਰਮ ਅਪ ਹੋ ਰਹੇ ਤਾਂ ਵਾਹੀ ਆ। ਆਇਓ ਸਰ, ਵੈਲਕਮ। ਜੈਪੁਰ ਦੀ ਦੁਪਹਿਰ ਅਤੇ ਕਮਰਾ ਲੈ ਲਿਆ ਆਪਾਂ ਰੇਲਵੇ ਸਟੇਸ਼ਨ ਦੇ ਨੇੜੇ ਆ ਕੇ। ਕਮਰੇ ਦਾ ਆਪਣਾ ਬਾਹਰਲਾ ਮਾਹੌਲ, ਇੱਧਰ ਆਪਣਾ ਰੂਮ ਹੈਗਾ ਜਮਾਂ ਟੋਪ 'ਤੇ। ਪਹਿਲਾਂ ਗਏ ਸੀ ਅਸੀਂ ਉੱਧਰ ਗੁਰੂ ਘਰ ਅਤੇ ਉੱਥੇ ਰੂਮ ਬਾਬਾ ਜੀ ਕਹਿੰਦੇ ਵਿਹਲੇ ਨਹੀਂ ਹੈਗੇ, ਤੁਹਾਨੂੰ ਇੰਤਜ਼ਾਰ ਕਰਨਾ ਪਊਗਾ। ਅਤੇ ਫਿਰ ਅਸੀਂ ਵਾਪਸ ਆ ਗਏ ਇੱਥੇ ਅਤੇ ਇਹ ਰੂਮ, ਅਤੇ ਜਿਹੜਾ ਗੁਰੂ ਘਰ ਵਾਲਾ ਰੂਮ ਉਹ 400 ਰੁਪਏ 'ਚ ਮਿਲਦਾ ਸੀ ਅਤੇ ਇਹ 1000 ਰੁਪਏ 'ਚ ਬੁੱਕ ਕੀਤਾ ਆਪਾਂ। ਇਹ ਰੇਲਵੇ ਸਟੇਸ਼ਨ ਦੇ ਬਾਹਰ ਹੀ ਹੈਗਾ ਅਤੇ ਇੱਥੋਂ ਵੀ ਖੈਰ ਠੀਕ ਆ ਲੋਕੇਸ਼ਨ ਆ ਘੁੰਮਣ ਨੂੰ। ਅਤੇ ਬਾਕੀ ਨੌਜਵਾਨਾਂ ਨੇ ਇੱਧਰ ਚੂਰੀ ਨੂੰ ਧਰਿਆ ਹੋਇਆ ਵਾਢਾ, ਅਤੇ ਥੋੜ੍ਹਾ ਚਿਰ ਆਰਾਮ ਫਰਮਾਵਾਂਗੇ, ਫਿਰ ਕੋਈ ਕਿਲਾ ਸ਼ਿਲਾ ਦੇਖਣ ਜਾਵਾਂਗੇ। ਅਤੇ ਫਿਲਹਾਲ ਜੱਟੂ ਕੰਮ ਕਰਕੇ ਲਿਆਏ ਸੀ ਭਾਈ ਘਰੋਂ, ਭਾਈ ਸੰਦੀਪ ਅਤੇ ਆ ਵੀਰਾ, ਇਹ ਦੋਨੇ ਚੂਰੀ ਲੈ ਕੇ ਸੀਗੇ ਅਤੇ ਅਸੀਂ ਵੀ ਰੋਟੀਆਂ ਰੋਟੀਆਂ ਲਏ ਸੀ ਘਿਓ ਵਾਲੀਆਂ, ਖਾਓ ਜੀ ਜਨਾਬ। ਅਤੇ ਫਿਲਹਾਲ ਨਹਾਉਣਿਆਂ ਧੋਣਿਆਂ ਥੋੜ੍ਹੀ ਰੈਸਟ ਕਰਦੇ ਹਾਂ ਅਤੇ ਫਿਰ ਅਗਲਾ ਮਾਹੌਲ ਤੁਹਾਨੂੰ ਦਿਖਾਉਂਦੇ ਹਾਂਗੇ। ਜਿਬਾ ਤਾਂ ਦੋਨੇ ਬੁੱਕ ਆ, ਚਾਬੀ ਆ, ਚੱਲ ਬਈ ਲੈ ਚੱਲ। ਪੂਰਾ ਪੈਸਾ ਵਸੂਲ ਹੋਗਾ? ਬਿਲਕੁਲ ਸਰ, ਅਗਰ ਆਪਕੋ ਅੱਛਾ ਨਹੀਂ ਲੱਗਾ ਤੋ ਪੈਸਾ ਮਤ ਦੇਣਾ। ਠੀਕ ਹੈ ਭਾਈ। ਤੇ ਸਮਾਂ ਇਸ ਵਕਤ 3:15 ਵਜੇ ਦਾ ਹੋ ਗਿਆ, ਨਹਾ ਧੋ ਕੇ ਹੌਲੀ ਜੋ ਕੇ ਕਮਰੇ ਚੋਂ ਨਿਕਲੇ ਆ। ਤੇ ਅੱਜ ਦਾ ਟਾਈਮ ਤਾਂ ਸਾਡਾ ਭਾਈ ਥੋੜ੍ਹਾ ਡਿਸਾਈਡ ਕਰਨ ਦੀ ਲੰਘ ਗਿਆ ਵੀ ਕੀ ਦੇਖੀਏ। ਇੱਕ ਅੱਜ ਹੋ ਵੀ ਅਸੀਂ ਲੇਟ ਗਏ ਸੀਗੇ
ਤੇ ਇਹ ਕਹਿੰਦਾ ਬਾਪੂ ਬਾਜ਼ਾਰ ਕਰੀ ਜਾਂਦਾ ਸੀਗਾ ਤੜਕੇ ਦੇ, ਮੈਂ ਚੱਲ ਤੇਰਾ ਬਾਪੂ ਬਾਜ਼ਾਰ ਦੇਖ ਲੈਣਾ। ਉਹ ਕਹਿੰਦਾ ਬਾਪੂ ਬਾਜ਼ਾਰ 'ਚ ਹਲੇ ਕੁਛ ਨਹੀਂ ਗਏ ਬਾਈ, ਇੱਥੇ ਛੱਡ ਗਿਆ ਰਾਜਸਥਾਨੀ ਮਾਰਕੀਟ 'ਚ। ਅਤੇ ਇੱਥੋਂ ਦੀ ਇਹ ਰਾਜਸਥਾਨੀ ਲੋਕਲ ਚੀਜ਼ਾਂ ਜਿਹੜੀਆਂ ਇੱਥੋਂ ਦੀਆਂ ਫੇਮਸ ਚੀਜ਼ਾਂ ਨੇ ਇੱਥੇ ਉਹ ਨੇਗੀਆਂ। ਅਤੇ ਦੇਖਦੇ ਹਾਂ ਮਾਰਕੀਟ ਦੇ ਅੰਦਰ ਵੜ ਕੇ ਕੀ ਸਿਸਟਮ ਆ, ਕੀ ਹਿਸਾਬ ਕਿਤਾਬ ਆ ਇੱਥੇ। ਅਤੇ 100-100 ਗ੍ਰਾਮ ਦੀਆਂ ਰਜਾਈਆਂ, ਅਤੇ ਇੱਥੇ ਕੱਲੂ ਚਾਚਾ ਨੇ ਬਣਾਏ ਸੀਗੇ ਸ਼ੂਜ਼, ਕਿ ਜਿਹਨੂੰ ਕਹਿੰਦੇ ਰਾਸ਼ਟਰਪਤੀ ਅਵਾਰਡ ਮਿਲਿਆ। ਅਤੇ ਉਹੋ ਜਿਹੀਆਂ ਗੱਲਾਂ ਬਾਤਾਂ ਇੱਥੇ ਦੇਖਦੇ ਹਾਂਗੇ ਕੀ ਕੁਛ ਆ ਅੰਦਰ। ਕੈਮਰਾ ਲਾਉਣਾ ਬਾਈ, ਕੈਮਰਾ ਲਾਉਣਾ ਹੈ, ਠੀਕ ਹੈ ਬਾਈ। ਹੈਲੋ ਅੰਕਲ ਜੀ, ਹੈ ਗਿਆ ਅੰਕਲ ਜੀ, ਹੈ ਗਿਆ। ਕਿਵੇਂ ਲੱਗਿਆ ਦੀਪ ਬਾਈ ਰਾਜਸਥਾਨੀ ਬਾਜ਼ਾਰ? ਇਹਦਾ ਮੈਨੂੰ ਆਟੋ ਵਾਲਾ ਭਾਈ ਦੇ ਕੇ ਗਿਆ ਇੱਥੇ ਹੀ ਉਤਾਰ ਗਿਆ, ਕਹਿੰਦਾ ਤੁਸੀਂ ਰਾਜਸਥਾਨੀ ਬਾਜ਼ਾਰ ਦੇਖ ਲਓ, ਇੱਥੇ ਠੀਕ ਹੈ ਕੰਮ, ਇੱਥੇ ਦੀਆਂ ਹੈਂਡਮੇਡ ਚੀਜ਼ਾਂ ਨੇ ਰਾਜਸਥਾਨੀ ਲੋਕਲ ਚੀਜ਼ਾਂ, ਮਹਿੰਗੀਆਂ ਬਾਲੀਆਂ ਨੇ ਆਪਣੇ ਵੀ ਹਿਸਾਬ ਤੋਂ ਬਾਹਰ ਵਾਲਾ ਕੰਮ ਆ। ਸਾਨੂੰ ਗਿਆਨ ਅੰਦਰ ਸਾੜੀਆਂ ਜਿਹੀਆਂ ਦਿਖਾਉਣ ਲੱਗ ਪਏ ਉਹ ਬਾਈ, ਅਤੇ ਮੈਂ ਆਪਣੇ ਕੋਈ ਹੈ ਨਹੀਂ ਆਪਣੇ ਕੰਮ ਦਾ ਹਿਸਾਬ ਸਿਰ ਦਾ ਕੰਮ, ਅਤੇ ਹੁਣ ਇਹ ਐਂ ਹੁੰਦਾ ਜਦੋਂ ਬਿਨਾਂ ਪਲੈਨਿੰਗ ਤੋਂ ਨਿਕਲਦੇ ਹਾਂ ਬਈ, ਹੈ ਨਾ। ਅਤੇ ਫਿਲਹਾਲ ਵੇਖਦੇ ਹਾਂਗੇ, ਅਤੇ ਉਹ ਕਿਲੇ ਕੁਲਿਆਂ ਵਾਲਾ ਹਿਸਾਬ 'ਚ ਅੱਜ ਕੰਮ ਆਉਂਦਾ ਨਹੀਂ ਸੀ, ਕਿਹਾ ਅੱਜ ਲੋਕਲ ਮਾਰਕੀਟ ਘੁੰਮਦੇ ਹਾਂ। ਸਮਾਂ 3:30 ਵਜੇ ਦਾ ਹੋ ਗਿਆ, ਅਤੇ ਹੁਣ ਅਗਲੀ ਗੱਲਬਾਤ ਉਹ ਜਾਂਦੇ ਅੱਗੇ, ਪਤਾ ਨਹੀਂ ਕੀ ਡਿਸਾਈਡ ਕਰਨਗੇ ਕਿੱਥੇ ਜਾਣਾ ਗਾ। ਯੰਤਰ ਮੰਤਰ, ਸਿਟੀ ਪੈਲਸ ਅਤੇ ਹਵਾ ਮਹਿਲ, ਤਿੰਨੇ ਜਿ ਤਿੰਨੇ ਚੀਜ਼ਾਂ 'ਚੋਂ ਇੱਕ ਚੀਜ਼ ਦੇਖਣ ਨੂੰ ਇਹਨਾਂ ਨੂੰ ਮਿੱਤਰਾਂ ਨੂੰ ਆਖਿਆ ਕਿ ਬਾਈ ਤੁਸੀਂ ਇੱਕ ਚੀਜ਼ ਡਿਸਾਈਡ ਕਰ ਲਓ। ਅਤੇ ਇੱਥੇ ਨੇੜੇ ਹੀ ਹੈ, ਲੈਫਟ ਸਾਈਡ 'ਤੇ ਮੁੜ ਕੇ ਬਾਪੂ ਬਾਜ਼ਾਰ ਆ, ਅਤੇ ਉੱਥੇ ਵੀ ਉਹ ਰਾਜਸਥਾਨੀ ਲੋਕਲ ਚੀਜ਼ਾਂ ਹੈਂਡਮੇਡ ਨੇ ਗੀਆਂ ਬਣੀਆਂ ਹੋਈਆਂ ਜਿਹੜੀਆਂ ਫੇਮਸ ਨੇ ਰਾਜਸਥਾਨ ਦੀਆਂ। ਅਤੇ ਇਹਨਾਂ 'ਚੋਂ ਹੁਣ ਇੱਕ ਅੱਧੀ ਚੀਜ਼ ਦੇਖਦੇ ਹਾਂ, ਲਵੇ ਤਵੇ ਹੁੰਦੇ ਹਾਂ। ਅਤੇ ਬਾਕੀ ਆ ਜਾਓ, ਰਾਜਸਥਾਨ ਦੀ ਰਾਜਧਾਨੀ ਆ ਜੈਪੁਰ, ਅਤੇ ਰਾਜਸਥਾਨ ਦਾ ਦੂਜਾ ਵੱਡਾ ਸ਼ਹਿਰ ਆ ਇਹ, ਅਤੇ ਪਰ ਹੈ ਖੁੱਲ੍ਹਾ ਡੁੱਲਾ, ਵਧੀਆ ਸੋਹਣਾ ਮਾਹੌਲ ਆ। ਕਿਤੇ ਵੀ ਐਂ ਟ੍ਰੈਫਿਕ ਪੁਲਿਸ ਵਾਲਾ ਕੰਮ ਜਾਂ ਨਹੀਂ ਦੇਖਿਆ ਕਿ ਬਈ ਖਫਾ ਖੂਨ ਹੋਈ ਜਾਂਦੇ ਹੈਗੇ। ਬਾਪੂ ਬਾਜ਼ਾਰ ਜਾਂ ਹਵਾ ਮਹਿਲ, ਚੱਲ ਬਾਜ਼ਾਰ ਦੇਖ ਲਓ ਚਲੋ। ਬਾਕੀ ਜੈਪੁਰ ਸ਼ਹਿਰ ਸਾਰੇ ਹੀ ਟੋਟਲੀ ਬਹੁਤ ਸੋਹਣਾ ਗਾ, ਸਾਰੀਆਂ ਇੱਥੋਂ ਦੀਆਂ ਬਿਲਡਿੰਗਾਂ ਦੇਖ ਕੇ ਬਸ ਕਿਲਿਆਂ ਵਾਲਾ ਅਹਿਸਾਸ ਜਿਹਾ ਹੁੰਦਾ ਗਾ। ਪੁਰਾਣਾ ਸ਼ਹਿਰ ਹੈਗਾ, ਅਤੇ ਬਹੁਤ ਹੀ ਸੁੰਦਰ ਨਜ਼ਾਰੇ ਅੱਖਾਂ ਦੇ ਸਾਹਮਣੇ, ਅਤੇ ਵਰਲਡ ਲੈਵਲ ਦੀ ਫੋਟੋਗ੍ਰਾਫੀ ਹੋਈ ਜਾਂਦੀ ਆ ਭਾਈ ਦੀਪ ਸਿੰਘ ਦੁਆਰਾ। ਡਿੱਗਦੇ ਟਹਿੰਦੇ ਨੌਜਵਾਨ ਪਹੁੰਚ ਗਏ ਹਵਾ ਮਹਿਲ ਦੇ ਸਾਹਮਣੇ, ਅਤੇ ਪਹਿਲਾਂ ਕਹਿੰਦੇ ਤਸਵੀਰਕਾਰੀਆਂ ਕਰ ਲਈਏ, ਅਤੇ ਉਸ ਤੋਂ ਬਾਅਦ ਅੱਗੇ ਵਧਾਂਗੇ। ਅਤੇ ਇੱਧਰ ਗੋਰੇ ਗੋਰੀਆਂ ਦੀਆਂ ਚੱਲਦੀਆਂ ਹੋਈਆਂ ਸਲਾਹਾਂ 'ਤੇ ਮਿਲ ਲਈਆਂ, ਅਤੇ ਇੱਧਰ ਭਾਈ ਸਾਹਿਬ ਸੰਦੀਪ ਸਿੰਘ ਵੀ ਚੋਰੀ ਚੋਰੀ ਹਵਾ ਮਹਿਲ ਦੀ ਫੋਟੋ ਕਰਦੇ ਹੋਏ ਬਣਾ ਲਾ ਚੱਲ। ਇਸ ਵਕਤ ਆਪਾਂ ਖੜ੍ਹੇ ਹਾਂ ਹਵਾ ਮਹਿਲ ਦੇ ਸਾਹਮਣੇ। ਇਹ ਰਾਜਾ ਸਵਾਏ ਸਿੰਘ ਨੇ ਬਣਾਇਆ ਸੀਗਾ, ਅਤੇ ਇਹਦੀਆਂ 365 ਖਿੜਕੀਆਂ ਨੇ,
ਤੇ ਜਿਹੜੀਆਂ ਖਿੜਕੀਆਂ 'ਚ ਬੈਠ ਕੇ ਰਾਜੇ ਮਹਾਰਾਜੇ ਹਵਾ ਲਿਆ ਕਰਦੇ ਸੀ, ਅਤੇ ਆਪਣੇ ਨੌਜਵਾਨ ਉਹ ਪਰਲੀ ਸਾਈਡ ਖੜ੍ਹੇ ਮੈਨੂੰ ਉਡੀਕੀ ਜਾਂਦੇ ਆ। ਉਹ ਦੋ ਚਿੱਠੀ ਜਿਹਾ ਕੰਮ ਇਹ, ਅਸਲ 'ਚ ਇਹ 5 ਮੰਜ਼ਿਲਾ ਗਾ। ਉਹ ਕਹਿੰਦੇ ਹੁਣ ਦੇਖਿਆ ਨਹੀਂ ਜਾਣਾ, ਸਮਾਂ ਵਾਹਵਾ ਲੇਟ ਕਰਤਾ ਅਸੀਂ ਘੁੰਮਦੇ ਫਿਰਦਿਆਂ ਨੇ। ਅਤੇ ਉਹ ਹੁਣ ਸਲਾਹ ਇਹ ਬਣਾ ਰਹੇ ਸੀ ਕਿ ਕੱਲ੍ਹ ਨੂੰ ਦੇਖੀਏ ਸਾਰੀਆਂ ਚੀਜ਼ਾਂ ਆਪਾਂ, ਅੱਜ ਫਿਲਹਾਲ ਅਸੀਂ ਲੋਕਲ ਮਾਰਕੀਟ ਦੇਖੀ ਜਾਂਦੇ ਹਾਂਗੇ, ਅਤੇ ਬਾਕੀ ਦੇਖਦੇ ਹਾਂ ਮਾਹੌਲ ਬਣ ਗਿਆ ਤਾਂ ਅੰਦਰ ਜਾਵਾਂਗੇ, ਅਤੇ ਨਹੀਂ ਅੱਜ ਮਾਰਕੀਟ 'ਚ ਹੀ ਡੰਗ ਲਾ ਲਾਂ ਗੇੜੇ ਵਿਹੜੇ ਦੇ ਕੇ, ਕੱਲ੍ਹ ਨੂੰ ਕੰਮ ਸ਼ੁਰੂ ਕਰਾਂਗੇ ਘੁੰਮਣ ਫਿਰਨ ਵਾਲਾ। ਇਹ ਸੇਮ ਹੈ ਬਿਲਕੁਲ ਬਈ, ਬਿਲਕੁਲ ਸੇਮ ਹੀ ਸੀ। ਡੀਜ਼ਲ ਕਰਵਾਉਂ ਤਾਂ ਇਸ ਕਰ ਆਇਆ, ਡੀਜ਼ਲ 'ਚ ਡਬੋ ਦੇ ਇਹਨੂੰ, ਕਹੋ ਡੀਜ਼ਲ 'ਚ ਡਬੋ ਦੀ ਲਿਆ ਕੇ। ਅਤੇ ਰਾਜਸਥਾਨ ਦੀਆਂ ਬਈ ਜੁੱਤੀਆਂ ਬਹੁਤ ਫੇਮਸ ਨੇਗੀਆਂ, ਅਤੇ ਲਵਜਿੰਦਰ ਬਈ ਇਹਦੇ ਨਾਲ ਦੀ ਕੋਈ ਡਿਮਾਂਡ ਕਰ ਰਿਹਾ ਸੀ, ਕਿਸੇ ਨੇ ਮੰਗਾਈਆਂ ਸੀ ਕਹਿੰਦਾ ਜੀ। ਇੱਥੇ ਬੈਠੇ ਥੋੜ੍ਹੀ ਟਰਾਈ ਕਰ ਰਹੇ ਸੀ, ਖੜ ਜਾ ਲੋਚਦਾ ਕਰ ਦੇ ਕਰ ਦਿੰਦੇ ਆ। ਸਿਟੀ ਪੈਲਸ ਦੇ ਬਾਹਰ ਬਾਹਰ ਇੱਕ ਵਾਰੀ ਮੋਟਾ ਜਿਹਾ ਗੇੜਾ ਕੱਢ ਲਿਆ, ਨਹੀਂ ਇਹ ਸਿਟੀ ਪੈਲਸ ਹੀ ਆ ਸਾਰੇ, ਬਹੁਤ ਖੁੱਲ੍ਹਾ ਡੁੱਲਾ ਮਾਹੌਲ ਆ ਜਿਹੜੇ ਜਿਹਦੇ ਅੰਦਰ ਆਪਾਂ ਇਸ ਵਕਤ ਖੜ੍ਹੇ ਹਾਂਗੇ। ਅਤੇ ਫਿਲਹਾਲ ਅੱਜ ਆਪਣਾ ਭਲਵਾਨੀ ਗੇੜਾ ਹੀ ਆ ਸਾਰੇ ਪਾਸੇ, ਅਤੇ ਅੱਜ ਇੱਕ ਵਾਰੀ ਮੋਟਾ ਮੋਟਾ ਜਿਹਾ ਸਮਝ ਹੀ ਜਾਂਦੇ ਹਾਂ ਕਿੱਧਰ ਕੀ ਆ, ਅਤੇ ਕੱਲ੍ਹ ਨੂੰ ਫਿਰ ਸਵੇਰੇ ਘਾਤ ਲਾ ਲਾਂਗੇ ਤੜਕੇ ਟਾਈਮ ਨਾਲ ਉੱਠਾਂਗੇ। ਨੌਜਵਾਨ ਕਹਿੰਦੇ 5-6 ਵਜੇ ਨੂੰ ਰੈਡੀ ਹੋ ਕੇ 6 ਵਜੇ ਨੂੰ ਨਿਕਲ ਜਾਈਏ। ਅਤੇ ਫਿਲਹਾਲ ਅੱਜ ਬਾਜ਼ਾਰਾਂ ਦੇ ਰੰਗ ਢੰਗ ਦੇਖੀ ਜਾਂਦੇ ਹੈਗੇ।
ਅੱਜ ਸ਼ਿਵਰਾਤਰੀ ਆ ਤੇ ਸ਼ਿਵਰਾਤਰੀ ਕਰਕੇ ਬਾਜ਼ਾਰ 'ਚ ਥੋੜ੍ਹੀਆਂ ਉਹ ਵੀ ਰੌਣਕਾਂ ਜ਼ਿਆਦਾ ਨਹੀਂ ਆ। ਬਸ ਸਿੰਪਲ ਸਿੰਪਲ ਪਲੇਨ ਰੱਖ ਲਓ। ਠੀਕ ਆ ਗਿਆ ਮੈਂ 2 ਮਿੰਟ ਕਦੇ ਫੋਨ ਆ ਕੇ ਕੋਈ ਨਾ ਬਦਲ ਮੈਂ ਇੱਧਰ ਬਾਹਰ ਖੜਾਂਗਾ। ਹਾਂ ਸਮਾਂ ਹੋਇਆ ਪ੍ਰਸ਼ਾਦਾ ਪਾਣੀ ਛੱਕ ਕੇ ਆ ਗਿਆ ਵਾਪਸ ਕਮਰੇ 'ਚ। ਬਾਹਰ ਬੜੇ ਵਧੀਆ ਸਕੂਨ ਵਾਲਾ ਕੰਮ ਯਾਰ, ਇਹਨਾਂ ਦਾ ਇੱਥੇ ਡਾਹ ਕੇ ਗੱਦਾ ਉਰੇ ਪੈ ਗਈ, ਹਵਾ ਚੱਲ ਰਹੀ ਆ ਵਾਹਵਾ ਤੇਜ਼। ਅਤੇ ਫਿਲਹਾਲ ਗੱਲਬਾਤ ਇਹ ਆ ਕਿ ਅੱਜ ਬਾਹਲਾ ਕੁਛ ਦੇਖਿਆ ਨਹੀਂ, ਬਸ ਇਕੱਲਾ ਬਾਜ਼ਾਰ ਦੇਖਿਆ ਅਤੇ ਜਾਂ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਬਾਹਰੋਂ ਬਾਹਰੋਂ ਦੇਖਿਆ। ਕੱਲ੍ਹ ਨੂੰ ਧਰਦੇ ਹਾਂ ਵਾਢਾ ਕਿਸੇ ਪਾਸੋਂ, ਦੇਖਦੇ ਹਾਂ ਜਾਂ ਤਾਂ ਕਿਲੇ ਵੇਖਾਂਗੇ ਪਹਿਲਾਂ ਅਤੇ ਨਹੀਂ ਜਿਹੜਾ ਇਹ ਲੋਕਲ ਚੀਜ਼ਾਂ ਹੋ ਗਈਆਂ ਜਿਵੇਂ ਆਪਣਾ ਹਵਾ ਮਹਿਲ ਹੋ ਗਿਆ, ਯੰਤਰ ਮੰਤਰ ਹੋ ਗਿਆ, ਅਲਬਰਟ ਮਿਊਜ਼ੀਅਮ ਹੋ ਗਿਆ ਅਤੇ ਸਿਟੀ ਸੈਂਟਰ ਹੋ ਗਿਆ। ਅਤੇ ਇਹ ਚੀਜ਼ਾਂ ਇਹ ਕੱਲ੍ਹ ਨੂੰ ਜਾਂ ਇਹ ਪਰਸੋਂ, ਇਹਨਾਂ 'ਚੋਂ ਜੇ ਕੱਲ੍ਹ ਨੂੰ ਕਿਲੇ ਦੇਖੇ ਤਾਂ ਇਹ ਚੀਜ਼ਾਂ ਪਰਸੋਂ ਵੇਖਾਂਗੇ। ਅਤੇ ਅੱਜ ਰੂਮ ਰਾਮ ਦੀ ਸੈਟਿੰਗ ਕਰਦੇ ਕਰਾਉਂਦੇ ਵਾਹਵਾ ਲੇਟ ਹੋ ਗਏ ਸੀਗੇ ਕੰਮ, ਅਤੇ ਤਾਂ ਕਰਕੇ ਬਾਹਲਾ ਕੁਛ ਦੇਖੇ ਨਹੀਂ। ਇੱਕ ਕੱਲ੍ਹ ਦੇ ਸਫ਼ਰ 'ਚ ਸੀਗੇ, ਰਾਤ ਸੌਂ ਵੀ ਗਏ ਸੀ ਟ੍ਰੇਨ 'ਚ, ਪਰ ਉਹ ਜੀ ਨੀਂਦ ਘਰ ਵਰਗੀ ਤਾਂ ਕਿੱਥੇ ਆਉਂਦੀ ਆ। ਅਤੇ ਫਿਲਹਾਲ ਸਮਾਪਤੀ ਅੱਜ ਦੇ ਬਲੌਗ ਦੀ ਇੱਥੇ, ਅਤੇ ਜੈਪੁਰ ਦੇ ਥੋੜ੍ਹੇ ਥੋੜ੍ਹੇ ਰੰਗ ਜੇ ਤੁਹਾਨੂੰ ਬਾਜ਼ਾਰੂ ਜੇ ਦਿਖਾ ਤੇ, ਅਤੇ ਬਾਕੀ ਰੰਗ ਤੁਹਾਨੂੰ ਕੱਲ੍ਹ ਨੂੰ ਦਿਖਾਵਾਂਗੇ ਕਿਲਿਆਂ ਛਿਲਿਆਂ ਵਾਲੇ। ਅਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਅਤੇ ਦੇਖਦੇ ਰਹੋ ਜੈਪੁਰ ਦੇ ਰੰਗ ਸਾਡੇ ਸੰਗ। ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ। ਬੇਨਤੀ ਇਹ ਹੈ ਕਿ ਲਾਈਕ ਲਾਜ਼ਮੀ ਕਰ ਦਿਓ ਜਾਂਦੇ ਹੋਏ, ਅਤੇ ਨਾਲ ਹੀ ਸਬਸਕ੍ਰਾਈਬਰ ਵਾਲਾ ਬਟਨ ਵੀ ਦੱਬ ਲਿਓ, ਜੇ ਪਹਿਲੀ ਵਾਰੀ ਆਏ ਹੋ ਤਾਂ ਫੋਲੋ ਕਰ ਲਿਓ ਪੇਜ 'ਤੇ ਆਏ ਹੋ ਤਾਂ। ਬਾਕੀ ਹੋ ਸਕਿਆ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਲਿਓ। ਅਤੇ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ। ਫਿਲਹਾਲ ਛਾਪਲਦੇ ਹਾਂ ਵੀ ਤੜਕੇ ਉੱਠਦੇ ਹਾਂ ਟਾਈਮ ਦੇ ਨਾਲ, ਕੱਲ੍ਹ ਨੂੰ ਅਗਲੀ ਯਾਤਰਾ ਸ਼ੁਰੂ ਕਰਦੇ ਹਾਂ। ਧੰਨਵਾਦ ਜੀ ਸਾਰੇ ਵੀਰਾਂ ਭੈਣਾਂ ਨੂੰ, ਸਤਿ ਸ਼੍ਰੀ ਅਕਾਲ ਜੀ।